ਅੱਜ ਤੁਹਾਡੇ ਸਾਹਮਣੇ ਜਿਵੇਂ ਲੈ ਕੇ ਆਏ ਹਾਂ ਵਿਕਾਸ ਲਾਪਤਾ ਹੈ ਭਾਗ ਦੂਜਾ। ਭਾਗ ਪਹਿਲੇ ਦੇ ਵਿੱਚ ਤੁਸੀਂ ਨਵੀਂ ਬਸਤੀ ਵਾਲਾ ਏਰੀਆ ਦੇਖਿਆ ਜਿਹਦੇ ਵਿੱਚ ਵਾਰਡ ਨੰਬਰ 7, 8, 9 ਦੇਖਿਆ ਸੀ। ਉੱਥੇ ਆਪਾਂ ਨੇ ਪਾਣੀ ਪੀਣ ਵਾਲਾ ਹੈ ਨਹੀਂ, ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਹੈ ਨਹੀਂ, ਗਲੀਆਂ ਹੈ ਨਹੀਂ, ਸਟਰੀਟ ਲਾਈਟਾਂ ਹੈ ਨਹੀਂ, ਹੋਰ ਜਿਹੜੇ ਬੁਨਿਆਦੀ ਸਹੂਲਤਾਂ ਜਿਹੜੀਆਂ ਚਾਹੀਦੀਆਂ ਹੁੰਦੀਆਂ ਨੇ ਬੰਦੇ ਨੂੰ ਜੀਣ ਵਾਸਤੇ ਉਹ ਵੀ ਹੈ ਨਹੀਂ। ਅੱਜ ਮੈਂ ਵਾਰਡ ਨੰਬਰ 5 ਦੇ ਵਿੱਚ ਆਇਆ ਹਾਂ। ਇਹ ਏਰੀਆ ਧਨੌਲਾ ਸੰਗਰੂਰ ਰੋਡ ਦੇ ਉੱਤੇ ਬਿਆਸ ਘਰ ਦੇ ਬਿਲਕੁਲ ਸਾਹਮਣੇ ਬਣਿਆ ਹੋਇਆ ਆ। ਤਕਰੀਬਨ 30-35 ਸਾਲ ਪਹਿਲਾਂ ਇਹ ਕਲੋਨੀ ਬਣੀ ਸੀਗੀ। 30-35 ਸਾਲਾਂ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ, ਘੱਟੋ ਘੱਟ 5-7 ਵਾਰ ਜਿਹੜੀਆਂ ਨੇ MC ਦੀਆਂ ਵੋਟਾਂ ਪੈ ਗਈਆਂ ਹੋਣਗੀਆਂ, 5-7 ਵਾਰੀ MLA ਜਾਂ MP ਦੀਆਂ ਪੈ ਗਈਆਂ ਹੋਣਗੀਆਂ। ਪਰ ਕਿਸੇ ਨੇ ਵੀ ਆਪਣੀ ਨਿੱਜੀ ਜ਼ਿੰਮੇਵਾਰੀ ਨਹੀਂ ਸਮਝੀ ਕਿ ਇੱਥੇ ਲੋਕ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਬੁਨਿਆਦੀ ਹੱਕ ਨੇ ਉਹ ਦਿੱਤੇ ਜਾਣ। ਬੁਨਿਆਦੀ ਹੱਕਾਂ ਦੀ ਗੱਲ ਤਾਂ ਆਪਾਂ ਬਾਕੀ ਤਾਂ ਸਾਰਾ ਕੁਝ ਛੱਡ ਦਈਏ, ਆਪਾਂ ਇੱਕ ਛੋਟੀ ਜਿਹੀ ਗੱਲ ਹੋਰ, ਇੱਕ ਮਿਸਾਲ ਲੈ ਲਈਏ ਵੀ ਦੇਸ਼ ਦੀ ਆਜ਼ਾਦੀ ਨੂੰ 70 ਸਾਲ ਹੋ ਚੁੱਕੇ ਨੇ। ਮੋਦੀ ਸਾਹਿਬ ਡਿਜੀਟਲ ਇੰਡੀਆ ਦੀ ਗੱਲ ਕਰਦੇ ਨੇ, ਅਤੇ ਡਿਜੀਟਲ ਇੰਡੀਆ ਦੇਖਣਾ ਤਾਂ ਤੁਸੀਂ ਇੱਥੇ ਆ ਕੇ ਦੇਖ ਸਕਦੇ ਹੋ। ਰਾਤ ਨੂੰ ਇੱਥੇ ਕੋਈ ਡਰਦਾ ਨਿਕਲਦਾ ਨਹੀਂ ਹੈਗਾ, ਕੋਈ ਬੱਚਾ ਬਾਹਰ ਨਹੀਂ ਆਉਂਦਾ ਕਿਉਂਕਿ ਇੱਥੇ ਸੱਪ ਇੰਨੇ ਕੁ ਜ਼ਿਆਦਾ ਆਉਂਦੇ ਨੇ, ਅਤੇ ਬੱਚੇ ਵੀ ਬਾਹਰ ਆਉਂਦੇ ਡਰਦੇ ਨੇ, ਸਿਆਣੇ ਵੀ ਇੱਥੇ ਜਿਹੜੇ ਨੇ ਡਰਦੇ, ਉਹ ਬਾਹਰ ਨਹੀਂ ਆਉਂਦੇ ਆਪਣੇ ਘਰਾਂ ਦੇ ਵਿੱਚ। ਉਹ ਇਹ ਹਾਲਾਤ ਨੇ, ਜ਼ਮੀਨੀ ਪੱਧਰ ਦੇ ਹਾਲਾਤ ਨੇ। ਪਰ ਜਿਹੜੇ ਸਾਡੇ ਉਮੀਦਵਾਰ ਹੁੰਦੇ ਨੇ, ਚਾਹੇ ਉਹ MC ਦੇ ਹੋਣ ਜਾਂ ਕਿਸੇ ਹੋਰ ਇਲੈਕਸ਼ਨ ਦੇ, ਉਹਨਾਂ ਦੇ ਝੋਲੇ ਦੇ ਵਿੱਚ ਮਿੱਠੀਆਂ ਟੌਫੀਆਂ ਹੁੰਦੀਆਂ ਨੇ, ਉਹਦੇ ਵਿੱਚ ਸਿਰਫ ਅਤੇ ਸਿਰਫ ਗੱਪ ਲਪੇਟਿਆ ਹੁੰਦਾ ਆ। ਜਿੰਨੀ ਦੇਰ ਨੂੰ ਵੋਟਾਂ ਪੈ ਸਕਦੀਆਂ ਨੇ, ਚਿਹਰੇ ਦੇ ਉੱਤੋਂ ਉਤਰਦਾ ਆ, ਤਾਂ ਉਦੋਂ ਨੂੰ ਮੇਲਾ ਜਿਹੜਾ ਖੁੰਝ ਚੁੱਕਿਆ ਹੁੰਦਾ, ਉਦੋਂ ਨੂੰ ਤੀਰ ਕਮਾਨ ਦੇ ਵਿੱਚੋਂ ਨਿਕਲ ਚੁੱਕਿਆ ਹੁੰਦਾ ਆ। ਜਿਹੜਾ ਜਿੱਤਣ ਵਾਲਾ ਹੁੰਦਾ ਆ ਉਹ ਜਿੱਤ ਕੇ ਆਪਣੇ ਘਰ ਬੈਠ ਜਾਂਦੇ, ਲੋਕ ਨੇ ਜਿਹੜੇ ਉਸੇ ਤਰ੍ਹਾਂ ਆਪਣੀਆਂ ਮੁਸ਼ਕਲਾਂ ਦੇ ਵਿੱਚ ਹੀ ਜਿਉਣ ਲਈ ਮਜਬੂਰ ਹੋ ਜਾਂਦੇ ਨੇ। ਮੈਂ ਜਿਹੜਾ ਵੀ ਕੋਈ ਅਧਿਕਾਰੀ, ਜ਼ਿੰਮੇਵਾਰ ਅਧਿਕਾਰੀ ਜਿਹੜਾ ਆ ਨਗਰ ਕੌਂਸਲ ਨਾਲ ਸੰਬੰਧਿਤ, ਉਹਨੂੰ ਵੀ ਬੇਨਤੀ ਕਰੂੰਗਾ, ਹੋਰ ਜਿਹੜੇ ਵੀ ਆਗੂ ਨੇ ਬਰਨਾਲੇ ਜ਼ਿਲ੍ਹੇ ਦੇ ਨਾਲ ਸੰਬੰਧਿਤ, ਚਾਹੇ ਉਹ ਕਾਂਗਰਸ ਪਾਰਟੀ ਦੇ ਨੇ, ਆਮ ਆਦਮੀ ਪਾਰਟੀ ਦੇ ਨੇ, ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੇ, ਜਾਂ ਕਿਸੇ ਹੋਰ ਪਾਰਟੀ ਨਾਲ ਸੰਬੰਧਿਤ ਨੇ, ਉਹਨਾਂ ਨੂੰ ਇਹੀ ਬੇਨਤੀ ਕਰੂੰਗਾ, ਰਾਜਨੀਤੀ ਆਪਾਂ ਤਾਂ ਹੀ ਕਰਾਂਗੇ ਜੇ ਲੋਕ ਜਿਉਂਦੇ ਰਹਿਣਗੇ, ਜੇ ਲੋਕ ਬਿਮਾਰੀਆਂ ਨਾਲ ਮਰ ਗਏ ਤਾਂ ਆਪਾਂ ਰਾਜਨੀਤੀ ਕਿਸ ਚੀਜ਼ 'ਤੇ ਕਰਾਂਗੇ। ਬਾਕੀ ਤੁਸੀਂ ਆਪ ਜਾਣੇ ਹੋ, ਇਹ ਜਿਹੜੀ ਤਸਵੀਰ ਹੈ ਇਹਨੂੰ ਤੁਸੀਂ ਇੱਕ ਸਿਰਫ ਖਬਰ ਨਾ ਦੇਖਿਓ, ਇਹਨੂੰ ਤੁਸੀਂ ਐਂ ਸਮਝੋ ਕਿ ਜਿੰਨੇ ਪੋਲੀਟੀਸ਼ੀਅਨ ਨੇ ਉਹਨਾਂ ਦੇ ਮੂੰਹ 'ਤੇ ਇੱਕ ਚਪੇੜ ਆ। ਕੀ ਨਾਮ ਆ ਜੀ ਤੁਹਾਡਾ? ਗੁਰਵਿੰਦਰ ਸਿੰਘ ਆ ਜੀ। ਕਿਹੜੇ ਵਾਰਡ 'ਚ ਰਹਿੰਦੇ ਤੁਸੀਂ? ਵਾਰਡ ਨੰਬਰ ਪਹਿਲਾਂ 8 ਸੀ, ਹੁਣ 5 ਆ ਜੀ। ਅੱਛਾ, ਕੀ ਹਾਲਾਤ ਨੇ ਤੁਹਾਡੇ ਇੱਥੋਂ ਦੇ, ਕੀ ਮੁਸ਼ਕਲਾਂ ਦਾ ਸਾਹਮਣਾ ਕਰਦੇ? ਬੁਰੇ ਹਾਲ ਹੀ ਨੇ ਜੀ। ਅੱਛਾ ਜੀ, ਬਾਕੀ ਤੁਸੀਂ ਤੁਹਾਨੂੰ ਦਿਖਾਤਾ ਸਾਰਾ ਕੁਝ? ਹਾਂ, ਦੱਸਿਓ ਮਾੜਾ ਜਿਹਾ ਕੀ ਕੀ ਮੁਸ਼ਕਲਾਂ ਸਾਹਮਣਾ ਕਰਨਾ? ਮੁਸ਼ਕਲ ਤਾਂ ਇੱਕ ਮਰਦੀ ਹੈ, ਦੂਜੀ ਉੱਗ ਕੱਢਦੀ ਹੈ, ਬੁਰਾ ਹਾਲ ਹੀ ਹੈ। ਅੱਛਾ, ਕੁਛ ਮੁਸ਼ਕਲ ਦੱਸ ਹੀ ਨਹੀਂ ਸਕਦੇ, ਬਿਆਨ ਹੀ ਨਹੀਂ ਕਰ ਸਕਦੇ। ਅੱਛਾ, ਇੰਨੀਆਂ ਜ਼ਿਆਦਾ ਮੁਸ਼ਕਲਾਂ ਨੇ? ਹਾਂ, ਬਿਆਨ ਹੀ ਨਹੀਂ ਕਰ ਸਕਦੇ, ਕਿਸੇ ਦਾ ਸਿਰ ਪਾੜਤਾ, ਕਿਸੇ ਨਾਲ ਕੁਛ ਕਰਤਾ, ਕੁਛ ਨਾ ਕਿਸੇ ਨਾਲ ਲੜਾਈ ਹੋਈ ਰਹਿੰਦੀ ਹੈ। ਇਹ ਕਿਸ ਕਾਰਨ? ਲੜਾਈ ਦਾ ਕਾਰਨ ਜੀ, ਲੜਾਈ ਦਾ ਕਾਰਨ ਹੈ ਪਾਣੀ ਦੀ ਸਮੱਸਿਆ। ਪਾਣੀ ਨੇ ਇੱਥੇ ਸਾਰਿਆਂ ਨੂੰ ਕਹਿ ਚੁੱਕੇ ਹਾਂ,
ਤੁਹਾਨੂੰ ਦਿਖਾਤਾ ਸਾਰਾ ਕੁਛ ਟੋਬੇ ਲੱਗੇ ਹੋਏ ਨੇ ਜਿਹਦੇ ਪਲਾਟ ਚ ਜਾਂਦਾ ਉਹ ਕਹਿੰਦਾ ਬੰਦ ਕਰੋ ਪਾਣੀ ਫੇਰ ਉਧਰ ਚਲਾ ਜਾਂਦਾ ਫਿਰ ਡਾਂਗੋ ਡਾਂਗੀ ਹੁੰਦੇ ਕਿੰਨੇ ਕੁ ਸਾਲ ਹੋ ਗਏ ਕਲੋਨੀ ਬਣੀ ਨੂੰ ਅੰਦਾਜ਼ਾ ਕਲੋਨੀ ਬਣੀ ਨੂੰ ਤਾਂ ਹੋ ਗਏ ਮੈਨੂੰ ਲੱਗਦਾ 25-30 ਸਾਲ ਹੋ ਗਏ ਜੀ ਇੰਨੇ ਸਾਲਾਂ ਚ ਕਿਸੇ ਲੀਡਰ ਨੇ ਜ਼ਿੰਮੇਵਾਰੀ ਨਹੀਂ ਸਮਝੀ ਹਜ਼ਾਰਾਂ ਆਏ ਹਜ਼ਾਰਾਂ ਆ ਕੇ ਕੀ ਕਹਿੰਦਾ ਕਿ ਲਾਰੇ ਲਾ ਕੇ ਮਿੱਠੀਆਂ ਗੋਲੀਆਂ ਦੇ ਕੇ ਚਲੇ ਗਏ ਅੱਛਾ ਜੀ ਇੱਕ ਇੱਟ ਵੀ ਨਹੀਂ ਲੱਗੀ ਹਲੇ ਤੱਕ ਇੱਥੇ ਇੱਟ ਕੀ ਜੀ ਮੁੜ ਕੇ ਬਸ ਵੋਟਾਂ ਵੇਲੇ ਆਏ ਨੇ ਕੱਲੇ ਉਸ ਤੋਂ ਬਾਅਦ ਤਾਂ ਕਿਸੇ ਨੇ ਇੱਟ ਵੀ ਨਹੀਂ ਮਾਰੀ ਅੱਛਾ ਜੀ ਦੇਖਣ ਵੀ ਨਹੀਂ ਆਇਆ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਤੁਹਾਡੇ ਲਈ ਕਿਸੇ ਚੀਜ਼ ਦਾ ਕੋਈ ਪ੍ਰਬੰਧ ਨਹੀਂ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਕੋਈ ਇੱਟ ਵੀ ਨਹੀਂ ਲੱਗੀ ਦੀ ਇੱਥੇ ਲੱਗੀ ਨਹੀਂ ਜੀ ਤੁਹਾਡੇ ਮੂਹਰੀ ਹੈ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਹਿਸਾਬ ਨਾਲ ਤੁਹਾਡਾ ਇੱਥੇ ਹਾਲਾਤ ਨੇ ਤੇ ਜਿਹੜੀ ਇੱਥੋਂ ਦੀ ਗੌਰਮੈਂਟ ਆ ਉਹਨੂੰ ਤੁਹਾਨੂੰ ਦੇਸ਼ ਨਿਕਾਲਾ ਹੀ ਦੇ ਦੇਣਾ ਚਾਹੀਦਾ ਇਹਦੇ ਨਾਲੋਂ ਤਾਂ ਚੰਗਾ ਸਾਡਾ ਤਾਂ ਦੇਸ਼ ਨਿਕਾਲਾ ਹੈ ਹੀ ਅਸੀਂ ਹੈ ਹੀ ਦੇਸ਼ ਨਿਕਾਲੇ ਵੀ ਇਹਦੇ ਨਾਲ ਤਾਂ ਕਹਿ ਦੇਣ ਵੀ ਤੁਸੀਂ ਸਾਡੇ ਨਾਗਰਿਕ ਨਹੀਂ ਹੈਗੇ ਕਿਤੇ ਅਸੀਂ ਤਾਂ ਮੰਨ ਰਹੇ ਹਾਂ ਵੀ ਹੈ ਹੀ ਨਹੀਂ ਜੇ ਹੁੰਦੇ ਤਾਂ ਸਾਡਾ ਕੋਈ ਹੱਲ ਹੁੰਦਾ ਅਸੀਂ ਸਰਕਾਰੇ ਦਰਬਾਰੇ ਸਾਰਿਆਂ ਕੋਲੇ ਜਾ ਆਏ ਹੁਣ ਵੋਟਾਂ ਆ ਰਹੀਆਂ ਨੇ ਅੱਗੇ ਮਹੀਨੇ ਦੋ ਮਹੀਨੇ ਨੂੰ ਤੇ ਜਿਹੜੇ ਵੋਟਾਂ ਚ ਖੜੇ ਹੋਣਗੇ ਜਾਂ ਜਿਹੜੇ ਪਹਿਲਾਂ ਪ੍ਰਧਾਨ ਬਣਨ ਦੀ ਇੱਛਾ ਰੱਖਦੇ ਨੇ ਉਹਨਾਂ ਲਈ ਕੀ ਸੁਨੇਹਾ ਤੁਹਾਡਾ ਉਹਨਾਂ ਨੂੰ ਸੁਨੇਹਾ ਇਹ ਹੈ ਵੀ ਸਾਡੇ ਤੋਂ ਤਾਂ ਉਮੀਦ ਰੱਖਿਓ ਨਾ ਕੋਈ ਠੀਕ ਹੈ ਅਸੀਂ ਤਾਂ ਵੋਟਾਂ ਕਿਸੇ ਨੂੰ ਪਾਉਣੀਆਂ ਕੋਈ ਨਹੀਂ ਠੀਕ ਹੈ ਤੇ ਜਿਹੜਾ ਕੰਮ ਕਰ ਦੂਗਾ ਫਿਰ ਉਹਨੂੰ ਵੋਟਾਂ ਜਿਹੜਾ ਕੰਮ ਕਰੂਗਾ ਉਹਨੂੰ ਵੋਟਾਂ ਪਾ ਦੇਣੀ ਸਾਡਾ ਕੰਮ ਕਰੂਗਾ ਫਿਰ ਅਸੀਂ ਵੋਟਾਂ ਪਾ ਦੇਣੀ ਠੀਕ ਕੀ ਨਾਮ ਹੈ ਜੀ ਤੁਹਾਡਾ ਕੇਸਰ ਸਿੰਘ ਜੀ ਕੇਸਰ ਸਿੰਘ ਜੀ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਰਹਿੰਦੇ ਨੂੰ ਕੇਸਰ ਸਾਨੂੰ 15-20 ਸਾਲ ਹੋ ਗਏ ਅੱਛਾ ਜੀ 15-20 ਸਾਲਾਂ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਤੁਹਾਨੂੰ ਇੱਥੇ ਮਿਲੀ ਹੋਵੇ ਜਿਹਦੇ ਨਾਲ ਤੁਹਾਨੂੰ ਮਾਣ ਹੁੰਦਾ ਹੋਵੇ ਕਿ ਤੁਸੀਂ ਧਨੌਲੇ ਦੇ ਨਾਗਰਿਕ ਹੋ ਸਾਡਾ ਇੱਥੇ ਕੁਝ ਨਹੀਂ ਕਰਿਆ ਜੀ ਸਾਡਾ ਮਾਣ ਹੀ ਆ ਦੇਖੋ ਕਿੱਡਾ ਵੱਡਾ ਮਾਣ ਕੀਤਾ 1 ਮਿੰਟ ਜੀ ਹਾਂਜੀ ਨਾ ਕੋਈ ਮੈਂਬਰ ਆਇਆ ਹਾਂਜੀ ਨਾ ਕੋਈ ਲੀਡਰ ਆਇਆ ਅੱਛਾ ਨਾ ਕੋਈ ਐਮਐਲਏ ਠੀਕ ਹੈ ਜੀ ਸਾਡਾ ਕਿਸੇ ਨੇ ਕੁਝ ਨਹੀਂ ਕਰਿਆ ਅੱਛਾ ਜੀ ਨਾ ਸਾਡੀ ਸਰਵਾਈ ਹੈ ਇੱਧਰ ਤਾਂ ਸਾਨੂੰ ਪੰਚਾਇਤ ਚ ਕੱਢ ਦਿਓ ਇੱਕ ਪਾਸੇ ਤਾਂ ਹੋ ਜਾਾਂਗੇ ਹੁਣ ਤੱਕ ਤੁਸੀਂ ਕਿੱਥੇ ਕਿੱਥੇ ਗੁਹਾਰ ਲਗਾ ਚੁੱਕੇ ਹਾਂਜੀ ਸਾਰੇ ਸਾਈਨ ਲਾ ਅਸੀਂ ਕਰ ਚੁੱਕੇ ਸੀਵਰੇਜ ਬੋਰਡ ਦਾਈਆਂ ਸੀ ਭੇਜ ਚੁੱਕੇ ਦਰਖਾਸਤ ਹਾਂਜੀ ਕਮੇਟੀ 'ਚ ਅਸੀਂ ਜ਼ੋਰ ਲਾ ਲਿਆ ਸਾਨੂੰ ਕਿਸੇ ਨੇ ਹੋਣੀ ਚਾਹੀਦੀ ਹੁਣ ਫਿਰ ਅੱਗੇ ਵੋਟਾਂ ਆਉਂਦੀਆਂ ਨੇ ਜੀ ਮਹੀਨੇ ਦੋ ਮਹੀਨੇ ਨੂੰ ਹੁਣ ਵੋਟਾਂ ਅਸੀਂ ਉਹਨਾਂ ਨੂੰ ਕਹਾਂਗੇ ਇੱਥੇ ਬਾਹਰ ਬੀਜ ਸੜਕ 'ਤੇ ਖੜ੍ਹ ਜਾਓ ਮੁੜ ਜਾਓ ਹੋਰ ਕੀ ਹੈ ਠੀਕ ਹੈ ਜਦੋਂ ਇੱਥੇ ਹੁਣ ਤਾਂ ਮੀਂਹ ਪਿਆ ਨਹੀਂ ਹੋਇਆ ਹਾਲੇ ਫਿਰ ਵੀ ਪਾਣੀ ਖੜ੍ਹਾ ਆ ਜਦੋਂ ਮੀਂਹ ਪੈਂਦਾ ਹੋਊ ਇੱਥੇ ਉਦੋਂ ਕੀ ਹਾਲਾਤ ਹੁੰਦੇ ਹੋਣਗੇ ਲੰਘਾ ਹੀ ਨਹੀਂ ਹੈ ਜੀ ਬੀਜ ਅੱਛਾ ਜਿਹੜੇ ਹੁਣ ਵੋਟਾਂ ਮੰਗਣ ਆਉਣਗੇ ਜਾਂ ਤਿਆਰੀ ਕਰ ਰਹੇ ਹੋਣਗੇ ਗਿਣਦੇ ਹੋਣਗੇ ਵੀ ਇੰਨੀਆਂ ਵੋਟਾਂ ਉੱਥੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਵੋਗੇ ਉਹਨਾਂ ਨੂੰ ਸੁਨੇਹਾ ਇਹ ਹੈ ਵੀ ਗੇਟ ਸੜਕ ਤੋਂ ਮੁੜ ਜਾਓ ਇੱਥੇ ਗਾਹਣ ਆ ਜਾਓ ਉੱਥੇ ਹੀ ਹੱਲ ਠੀਕ ਜਾਂ ਸਾਡਾ ਕੋਈ ਹੱਲ ਹੀ ਨਹੀਂ ਕੀ ਨਾਮ ਹੈ ਤੁਹਾਡਾ ਪਰਮਜੀਤ ਕੌਰ ਆ ਵੀਰੇ ਇੱਥੇ ਕੀ ਕੀ ਸਮੱਸਿਆ ਦਾ ਸਾਹਮਣਾ ਕਰਦੇ ਤੁਸੀਂ ਵੀਰੇ ਇੱਥੇ ਪਾਣੀ ਦਾ ਵਿਕਾਸ ਨਹੀਂ ਹੈਗਾ ਨਾਲੀਆਂ ਨਹੀਂ ਬਣ ਰਹੀਆਂ ਹੈਗੀਆਂ ਨਾ ਇੱਥੇ ਸੀਵਰੇਜ ਪਾਉਂਦਾ ਕੋਈ ਅੱਛਾ ਵੋਟਾਂ ਲੈਣ ਇੱਥੇ ਹਰ ਇੱਕ ਆ ਜਾਂਦਾ ਕੋਈ ਸਾਡੀ ਸੁਣਦਾ ਹੈ ਨਹੀਂ ਹੁਣ ਫੇਰ ਵੋਟਾਂ ਅੱਗੇ ਦੋ ਮਹੀਨਿਆਂ ਨੂੰ ਜੀ ਫੇਰ ਹੁਣ ਕਾਗਜ਼ ਸਾਡਾ ਅਸੀਂ ਤਾਂ ਵੀ ਪਾਉਂਦੇ ਨਹੀਂ ਪਾਉਂਦੇ ਨਹੀਂ ਵੋਟ ਠੀਕ ਹੈ ਜਿਹੜਾ ਕੋਈ ਵੋਟ ਲੈਣ ਆਊ ਅਸੀਂ ਪਹਿਲਾਂ ਵੀ ਕਿਹਾ ਸੀ ਉਹਨਾਂ ਨੂੰ ਵੀ ਸਾਡੇ ਨਾਲੀਆਂ ਦਾ ਵਿਕਾਸ ਕਰੋ ਅੱਛਾ ਉਹਨਾਂ ਨੂੰ ਕਿਹਾ ਸੀ ਉਹ ਕਹਿੰਦੇ ਉਹਨਾਂ ਨੇ ਭਾਈ ਸਾਡੀ ਗੱਲ ਸੁਣੀ ਨਹੀਂ ਹੈਗੀ ਅੱਛਾ ਤੇ ਹੁਣ ਕੀ ਕਹਿਣਾ ਚਾਹੁੰਦੇ ਵੋਟਾਂ ਵਾਲਿਆਂ ਨੂੰ ਜੀ ਹੁਣ ਅਸੀਂ ਜੇ ਸਾਡੇ ਨਾਲੀ ਦਾ ਪਾਣੀ ਦਾ ਵਿਕਾਸ ਬਣ ਗਿਆ ਫੇਰ ਪਾ ਦਾਂਗੇ ਵੋਟ ਨਹੀਂ ਅਸੀਂ ਪਾਉਂਦੇ ਪਹਿਲਾਂ ਜਿੰਨਾ ਤੱਕ ਸਾਡੇ ਬੀਜ ਨਹੀਂ ਬਣਦੇ ਅਸੀਂ ਕੋਈ ਵੋਟ ਨਹੀਂ ਪਾਉਂਦੇ ਠੀਕ ਹੈ ਜੀ ਜਿੰਨਾ ਕੁ ਮਹੀਨੇ ਰਹਿੰਦੇ ਨੇ ਵੋਟਾਂ 'ਚ ਉਦੋਂ ਪਹਿਲਾਂ ਸਾਡੇ ਬੀਜਾਂ ਬਣਨੀਆਂ ਚਾਹੀਦੀਆਂ ਨੇ ਵਾਰਡ ਨੰਬਰ 5 ਦੀ ਇਹ ਇੱਕ ਹੋਰ ਤਸਵੀਰ ਹੈ ਜੋ ਸ਼ਹਿਰ ਦੇ ਬਿਲਕੁਲ ਨਜ਼ਦੀਕ ਹੈ ਇੱਥੇ ਕਹਿਣ ਨੂੰ ਤਾਂ ਬਾਜ਼ਾਰ ਬਿਲਕੁਲ ਨੇੜੇ ਹੈ ਪਰ ਇੱਥੋਂ ਦੇ ਹਾਲਾਤ ਵੀ ਕੋਈ ਬਹੁਤੇ ਵਧੀਆ ਨਹੀਂ ਹਨ ਲੋਕਾਂ ਦੀ ਲੱਖਾਂ ਰੁਪਏ ਦੀ ਜਾਇਦਾਦ ਆ ਜਿਹੜੀ ਉਹ ਨਾਲੀਆਂ ਦੇ ਪਾਣੀ ਕਰਕੇ ਮਿੱਟੀ ਹੁੰਦੀ ਜਾ ਰਹੀ ਹੈ ਇੱਥੋਂ ਲੋਕ ਪਲਾਇਨ ਕਰਕੇ ਜਾਂ ਤਾਂ ਬਰਨਾਲੇ ਵੱਲ ਜਾ ਰਹੇ ਹਨ ਜਾਂ ਕਿਸੇ ਹੋਰ ਵੱਡੇ ਸ਼ਹਿਰ ਵੱਲ ਜਾਣ 'ਚ ਹੀ ਆਪਣੀ ਭਲਾਈ ਸਮਝ ਰਹੇ ਹਨ ਕੁਝ ਤਾਂ ਘਰ ਅਜਿਹੇ ਵੀ ਹਨ ਜਿਹੜੇ ਕਿ ਮਿੱਟੀ ਦੀ ਚਿਣਾਈ ਦੇ ਵਿੱਚ ਹੋਏ ਹੋਏ ਹਨ ਅਤੇ ਉਹ ਕਿਸੇ ਵੀ ਵਕਤ ਗਿਰ ਸਕਦੇ ਹਨ ਜੇ ਅਜਿਹੇ ਵਿੱਚ ਕੋਈ ਮਕਾਨ ਗਿਰ ਜਾਂਦਾ ਹੈ ਤਾਂ ਇਸਦਾ ਜ਼ਿੰਮੇਵਾਰ ਕੌਣ ਹੋਏਗਾ ਨਗਰ ਕੌਂਸਲ ਦੇ MC ਜਾਂ ਨਗਰ ਕੌਂਸਲ ਦੇ EO ਜਾਂ ਕੋਈ ਹੋਰ ਵੋਟਾਂ ਮੰਗਣ ਵਾਲੀ ਪਾਰਟੀ ਇਸਦਾ ਜਵਾਬ ਸ਼ਾਇਦ ਕਿਸੇ ਕੋਲ ਵੀ ਨਹੀਂ ਹੈ ਹੁਣ ਫੇਰ ਵੋਟਾਂ ਆਉਣ ਵਾਲੀਆਂ ਹਨ ਵੋਟਾਂ ਵਾਲੇ ਫੇਰ ਆਪੋ ਆਪਣੇ ਝੋਲੇ ਚੱਕ ਕੇ ਸੁਨਹਿਰੀ ਪਟਾਰੇ ਦਿਖਾਉਣਗੇ ਅਤੇ ਲੋਕਾਂ ਦੀਆਂ ਵੋਟਾਂ
ठग के लै जाएंगे। इतों के लोगों का की कहना है आओ तुहानू ये भी सुनाते हाँ। की नाम है थोड़ा? मेरा नाम वरिंदर कौर। ए की हालात ने घर थोड़ा पिछे? और पिछे अपना ही हैगा साडा ही हैगा ए सारा कच्चा हैगा देख ला अंदर की हाल होया पया पानी दी सेगल दे नाल बुरा हाल होया पया छत्ता ओ च होई जंदियां ईयां जी एदे नाला नाल जांदा जे घरटा है नाल जांदा ए कच्ची कंध हैगी मिट्टी दे विच कड्डी है जे डिग पी बस सारा परिवार थल्ले आ जी बच्चे हैगे दो बस ओही तां कहने आगे बच्चे हैगे दो घरे कौन जिम्मेवार होई को ओदा फिर जी तां फिर कोई तां कहने भी कौन जिम्मेवार बने देखो नाला जमा जड़ा च हैगा ਜਿਹੜੇ ਵੋਟਾਂ ਲੈਣ ਆਉਂਦੇ ਨੇ ਜੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਕੀ ਕਹਿੰਦੇ ਅਸੀਂ ਤਾਂ ਇਹੀ ਕਹਿੰਦੇ ਵੀ ਸਾਡਾ ਹੱਲ ਕਰੋ ਭਾਈ ਠੀਕ ਹੈ ਸਾਡਾ ਹੱਲ ਕਰੋਗੇ ਤਾਂ ਅਸੀਂ ਵੋਟਾਂ ਪਾਵਾਂਗੇ ਨਹੀਂ ਫਿਰ ਅਸੀਂ ਤਾਂ ਬੈਠੇ ਹਾਂਗੇ ਅਸੀਂ ਤਾਂ ਪਾਉਂਦੇ ਨਹੀਂ ਕਿਉਂ ਬਈ ਹਾਂ ਅਸੀਂ ਤਾਂ ਹੁਣ ਕਹਿ ਕਹਿ ਕੇ ਸਭ ਨੂੰ ਬਹਿ ਗਏ ਮਿੰਨਤਾਂ ਕਰ ਕਰਕੇ ਬਹਿ ਗਏ ਅੱਛਾ ਹੁਣ 2 ਮਹੀਨੇ ਬਾਅਦ ਵੋਟਾਂ ਨੇ ਦੁਬਾਰੇ ਫੇਰ ਜੀ ਹਾਂ ਬਸ ਫਿਰ ਹਾਂ ਹੁਣ ਫੇਰ ਆਉਣਗੇ ਵੋਟਾਂ ਵਾਲੇ ਆਉਣਗੇ ਬਸ ਆਪਾਂ ਫਿਰ ਹੱਲ ਕਰਾਂਗੇ ਤੁਸੀਂ ਸਾਡਾ ਹੱਲ ਕਰੋ ਠੀਕ ਹੈ ਜੀ ਹਾਂ ਕੀ ਨਾਮ ਹੈ ਜੀ ਤੁਹਾਡਾ ਆਂਟੀ ਕੀ ਹਾਲਾਤ ਨੇ ਇੱਥੇ ਤੁਹਾਡੇ ਘਰ ਦੇ ਇੰਨਾ ਨੀਵਾਂ ਪਿੱਛੋਂ ਕੀਤਾ ਹੋਇਆ ਆ ਜਿਹੜਾ ਪਾਣੀ ਪੂਣੀ ਜਿਹਾ ਇਹਦਾ ਕੀ ਮਸਲਾ ਆ ਪਾਣੀ ਦਾ ਕੀ ਬਸ ਆਈ ਰੁੜੀ ਜਾਂਦਾ ਕੋਈ ਜੇ ਕੱਢ ਜਾਂਦਾ 6 ਮਹੀਨੇ ਬਾਅਦ ਫਿਰ ਕੋਈ ਚੱਕ ਨਹੀਂ ਹੁੰਦਾ ਜਦੋਂ ਮੀਂਹ ਪੈਂਦਾ ਵਿੱਚ ਰੁੜੀ ਜਾਂਦਾ ਹੋਰ ਕੀ ਆ ਘਰਾਂ ਦੇ ਹਾਲ ਡੋਬੇ ਬਣ ਜਾਂਦੇ ਨੇ ਮਰ ਜਾਂਦੇ ਨੇ ਅੱਛਾ ਨਾ ਕੋਈ ਨਾਲਾ ਨਾ ਕੋਈ ਬੀਜ ਆ ਨਾਲਾ ਹੀ ਬਣਾ ਦੇਣ ਹਾਂਜੀ ਹਾਂ ਵੀ ਅਸੀਂ ਤਾਂ ਕੋਈ ਦੇਖਿਆ ਵੀ ਨੀ ਵੀ ਕੌਣ ਜਿੱਤਿਆ ਕੌਣ ਨਹੀਂ ਸੜਕਾਂ ਵੀ ਬਣ ਗਈਆਂ ਨਾਲੇ ਸਾਡੇ ਜੜਾਂ ਚ ਪਾਣੀ ਦੇਖ ਲੈ ਅੰਦਰ ਸਾਰਾ ਭਰੀ ਜਾਂਦਾ ਅੱਛਾ ਕੋਈ ਮੁੜ ਕੇ ਬੜੇ ਨਹੀਂ ਜਾ ਕੇ ਇੱਥੇ ਨਾ ਮੈਂ ਤਾਂ ਕੋਈ ਦੇਖਿਆ ਨੀ ਨਾ ਸਾ